वन सारे नु सस्श्रीकाल आज मेरे नाल जेडे कैंडिडेट इना दना है मिस्टर दलजीत सिंह टिंडसा इने रायकोट पंजाब तो लुधियाणे दे नजदीक है बिल्कुल आज इना दा कनाडा दा स्पौस ओपन वर्क परमिट वीजा स्टैम्प होके पासपोर्ट ते आ चुका है ते ए आज मेरे को लेने आए सी ते इना दा वीजा आन तो बाद भी एक मलाल है एक बंद च इना दे पॉइंट है जेड़ा दुख ही कह लिया है मतलब वीजा आ चुका है ਪਰ ਉਹ ਦੁੱਖ ਹੈ ਉਹ ਦੁੱਖ ਵੀ ਆਪਾਂ ਸ਼ੇਅਰ ਕਰਾਂਗੇ ਤੇ ਇਸ ਐਪਲੀਕੇਸ਼ਨ ਦੇ ਅੰਦਰ ਹੋਰ ਕਿਹੜੀ-ਕਿਹੜੀ ਚੀਜ਼ਾਂ ਦਾ ਇਹਨਾਂ ਨੇ ਧਿਆਨ ਰੱਖਿਆ ਜਾਂ ਕਿ ਕਿਸ ਤਰ੍ਹਾਂ ਹੋਇਆ ਉਹ ਵੀ ਆਪਾਂ ਗੱਲਾਂ ਕਰਾਂਗੇ ਜੋ ਵੀ ਲੋਕੀ ਜਿਸ ਮਰਜ਼ੀ ਪਲੇਟਫਾਰਮ ਤੇ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਜੇ ਸਪੋਜ਼ ਕਰੋ ਸਬਸਕ੍ਰਾਈਬ ਸਾਡਾ ਇਸ ਚੈਨਲ ਨਹੀਂ ਕੀਤਾ ਹੋਇਆ ਮੇਰੀ ਸੁਜੈਸ਼ਨ ਹੈ ਪਲੀਜ਼ ਇਹ ਸਾਡਾ ਚੈਨਲ ਸਬਸਕ੍ਰਾਈਬ ਕਰੋ ਫਟਾਫਟ ਕਿਉਂਕਿ ਇਸ ਤੇ ਬਹੁਤ ਸਾਰੇ ਵੀਡੀਓ ਇਮੀਗ੍ਰੇਸ਼ਨ ਰਿਲੇਟਿਡ ਕੈਨੇਡਾ ਸਪਾਊਸ ਵੀਜ਼ਾ ਰਿਲੇਟਿਡ ਸਟੂਡੈਂਟ ਵੀਜ਼ਾ ਰਿਲੇਟਿਡ ਕੰਕਰੈਂਟ ਵੀਜ਼ਾ ਰਿਲੇਟਿਡ ਆਪਾਂ ਪਾਣੇ ਇਸ ਕਰਕੇ ਤੁਸੀਂ ਨਾਲ ਦੇ ਨਾਲ ਸਬਸਕ੍ਰਾਈਬ ਕਰੋ ਤੇ ਜਿਹੜਾ ਬੈਲ ਨੋਟੀਫਿਕੇਸ਼ਨ ਬਟਨ ਨੂੰ ਪਲੀਜ਼ ਕਲਿੱਕ ਕਰੋ ਸੋ ਥੈਟ ਨੋਟੀਫਿਕੇਸ਼ਨ ਤੁਹਾਡੇ ਕੋਲ ਨਾਲ ਦੇ ਨਾਲ ਪਹੁੰਚੇ ਉਹ ਮਲਾਲ ਕੀ ਹੈ ਉੱਥੇ ਆਪਾਂ ਨੇ ਹੁਣ ਮਲਾਲੇ ਹੈ ਵੀ ਅਸ ਤੋਂ ਤਕਰੀਬਨ ਸਾਲ ਪਹਿਨਾਂ ਹਾਂਜੀ ਸਰ ਸਾਲ ਪਹਿਲਾਂ ਇਹ ਆਈ ਸੀ ਤੇ ਉਦੋਂ ਇਹਨਾਂ ਨੂੰ ਮੈਂ ਸਮਝਾਈ ਸੀ ਇਹ ਗੱਲ ਕਿ ਵੀ ਤੁਸੀਂ ਇਕੱਠੇ ਅਪਲਾਈ ਕਰ ਲਓ ਬਟ ਇਹਨਾਂ ਦੇ ਆਪ ਦੀ ਸਿਚੁਏਸ਼ਨਸ ਕੁਝ ਹੋਜੀ ਸੀ ਇਹ ਕਹਿੰਦੇ ਸੀ ਵੀ ਨਹੀਂ ਆਪਾਂ ਰੁੱਕ ਕੇ ਕਰਾਂਗੇ ਕੁਝ ਕਰਦੇ ਇਹਨਾਂ ਨੂੰ ਕੋਈ ਕੰਮ ਸੀ ਉਦੋਂ ਇਹਨੇ ਦੀ ਵਾਈਫ ਦਾ ਅਪਲਾਈ ਕੀਤਾ ਸੀ ਵੀਜ਼ਾ ਉਹ ਲੱਕੀਲੀ ਆ ਗਿਆ ਸੀ ਤੇ ਉਸ ਟਾਈਮ ਵੀ ਆਪਾਂ ਇੱਕ ਵੀਡੀਓ ਇਹਨਾਂ ਨਾਲ ਸ਼ੂਟ ਕੀਤਾ ਸੀ ਹਾਂਜੀ ਠੀਕ ਹੈ ਤੇ ਉਸ ਵੀਡੀਓ ਦੇ ਅੰਦਰ ਵੀ ਇਹਨਾਂ ਨੇ ਗੱਲ ਜ਼ਾਹਿਰ ਕੀਤੀ ਸੀ ਵੀ ਹਾਂ ਵੀ ਇਹ ਸਰ ਨੇ ਆਪਸ਼ਨ ਵੀ ਮੈਂ ਆਪਸ਼ਨ ਇਹਨੂੰ ਦਿੱਤੀ ਸੀਗੀ ਵੀ ਤੁਸੀਂ ਇਕੱਠੇ ਅਪਲਾਈ ਕਰੋ ਬਟ ਅਨਫੋਰਚੂਨੇਟਲੀ ਕੋ ਪਰਿਵਾਰਿਕ ਸੀ ਹੁਣ ਬਲਾਲ ਕੀ ਹੈ ਬਲਾਲ ਇਹ ਹੈ ਵੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ 6-8 ਮਹੀਨੇ ਮੇਰੇ ਖਰਾਬ ਹੋ ਗਏ ਠੀਕ ਹੈ ਨਾ ਵੀ ਇਕੱਠੇ ਨਹੀਂ ਰਹਿ पाए ਕਾਸ਼ ਇਹ ਗੱਲ ਮੰਨ ਲੰਦੇ ਤੇ ਅੱਜ ਸ਼ਾਇਦ ਇਹ ਦੋਏ ਕੈਨੇਡਾ 'ਚ ਹੁੰਦੇ ਹੁਣਗੇ ਤਾਂ ਹੁਣ ਵੀ ਇਕੱਠੇ ਪਰ ਹੁਣ ਸਾਲ ਦਾ ਜਿਹੜਾ ਗੈਪ ਪੈ ਗਿਆ ਇਹ ਕਿਤੇ ਨਾ ਕਿਥੇ ਮੰਨ ਨੂੰ ਹੁਣ ਮਿਲਾਲ ਦਿੰਦਾ ਹਾਂਜੀ ਸਰ ਹਾਂਜੀ ਪਰ ਤੁਸੀਂ ਵੀ ਦੱਸੋ ਮਿਲਾਲ ਕੀ ਸੀ ਜਿਹੜੀ ਮਿਲਾਲ ਦੀ ਮੈਂ ਗੱਲ ਕਰਕੇ ਹਟਿਆ ਹਾਂਜੀ ਸਰ ਉਹ ਬਸ ਆਈ ਸੀਗਾ ਵੀ 8 ਮਹੀਨੇ ਆਪਾਂ ਗੈਪ ਦੇ ਵਿੱਚ ਰਹੇ ਆ ਤੇ ਬੜੀਆਂ ਖੁਸ਼ੀਆਂ ਜਿਹੜੀਆਂ ਅਸੀਂ ਇਕੱਠੀਆਂ ਨਹੀਂ ਸੈਲੀਬ੍ਰੇਟ ਕਰ ਸਕਿਆ ਦਿਵਾਲੀ ਦਸਹਿਰਾ ਜਾਂ ਕਿੰਨਾ ਵੀ ਜੋ ਫੈਸਟੀਵਲ ਨਿਕਲੇ ਨੇ ਤੇ ਉਹੀ ਆ ਬਸ ਦਿਲ ਨੂੰ ਇੱਕ ਵੀ ਇਕੱਠੇ ਨਹੀਂ ਰਹੇ ਇੰਨਾ ਟਾਈਮ ਤੁਸੀਂ ਕਿਹਾ ਸੀ ਪਰ ਉਦੋਂ ਕੁਝ ਫੈਮਿਲੀ ਦੇ ਰੀਜ਼ਨ ਕਰਕੇ ਨਹੀਂ ਅਪਲਾਈ ਕਰ ਸਕਿਆ ਇਕੱਠੇ ਚਲੋ ਫਾਈਨਲੀ ਵੀਜ਼ਾ ਤਾਂ ਆ ਚੁੱਕਿਆ ਹੈ ਤੇ ਜੋ ਵੀ ਐਪਲੀਕੈਂਟ ਕੋਈ ਪਲਾਨ ਕਰ ਰਹੇ ਨੇ ਤੇ ਜੇ ਮੈਰਿਡ ਨੇ ਉਹਨਾਂ ਦੇ ਨਾਲ ਬੱਚੇ ਵੀ ਨਹੀਂ ਉਹਨਾਂ ਦੇ ਕੈਨੇਡਾ ਦੇ ਅੰਦਰ ਇੱਕ ਆਪਸ਼ਨ ਹੈ ਕੰਕਨਟ ਵੀਜ਼ਾ ਦੀ ਕੰਕਨਟ ਵੀਜ਼ਾ ਦੇ ਅੰਦਰ ਤੁਸੀਂ ਸਟੂਡੈਂਟ ਵੀਜ਼ਾ ਸਪਾਊਸ ਵੀਜ਼ਾ ਤੇ ਨਾਲ ਡਿਪੈਂਡੈਂਟ ਵੀਜ਼ਾ ਇਕੱਠੇ ਇੱਕ ਟਾਈਮ ਤੇ ਅਪਲਾਈ ਕਰ ਸਕਦੇ ਹੋ ਤੇ ਇਕੱਠੇ ਜਾਣ ਦੀ ਪਲੈਨਿੰਗ ਬਣਾ ਸਕਦੇ ਹੋ ਇਹੀ ਗੱਲ ਮੈਂ ਇਹਨਾਂ ਨੂੰ ਕਹੀ ਸੀ ਠੀਕ ਹੈ ਇਹੀ ਗੱਲ ਆਪਾਂ ਹੁਣ ਸਾਰਿਆਂ ਨੂੰ ਕਹਿ ਦਈਏ ਫਿਰ ਹਾਂਜੀ ਹਾਂਜੀ ਠੀਕ ਹੈ ਤੁਸੀਂ ਸੁਨੇਹਾ ਦਿਓ ਸਾਰਿਆਂ ਨੂੰ ਵੀ ਜੇ ਕੋਈ ਮੈਰਿਡ ਹੈ ਇਕੱਠਾ ਅਪਲਾਈ ਕਰਨਾ ਚਾਹੇ ਉਹ ਇਦਾਂ ਕਰੇ ਨਹੀਂ ਤਾਂ ਫਿਰ ਆਪਣੇ ਵਾਲੀ ਮਲਾਲ ਵਾਲੀ ਸਟੋਰੀ ਆਵੇਗੀ ਹਾਂਜੀ ਹਾਂਜੀ ਜੇ ਕਿਸੇ ਨੇ ਜਾਣਾ ਕੈਨੇਡਾ ਤਾਂ ਉਹ ਸਪਾਊਸ ਨੂੰ ਨਾਲ ਇਕੱਠੇ ਜਾ ਸਕਦੇ ਦੋਹਾਂ ਜਾਣੇ ਤੇ ਉਹ ਸਰ ਨੂੰ ਮਿਲ ਸਕਦਾ ਰਾਏਕੋਟ ਆਉਂਦੇ ਆ ਸਰ ਮੈਂ ਰਾਏਕੋਟ ਹੀ ਮਿਲਿਆ ਸੀ 1 ਸਾਲ ਪਹਿਲਾਂ ਤੇ ਜਿਨ੍ਹਾਂ ਨੇ ਵੀ ਸਪਾਊਸ ਵੀਜ਼ਾ ਲਗਾਉਣਾ ਉਹ ਦੋ ਜਣੇ ਇਕੱਠੇ ਜਾ ਸਕਦੇ ਆ ਮੈਂ ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਆਏਗੀ ਤੇਜੀਤ ਇੱਕ ਗੱਲ ਹੋਰ ਆਪਾਂ ਸ਼ੇਅਰ ਕਰਦੇ ਆਂ ਅੱਜ ਆਪਣੇ ਜਿਹੜੇ ਵੀਵਰਸ ਨੇ ਹਾਂਜੀ ਚਲੋ ਜਿਨ੍ਹਾਂ ਦੇ ਸਪਾਊਸ ਚਲੇਗੇ ਵਾਈਫ ਚਲੇਗੀ ਕੈਨੇਡਾ ਜਾਂ ਹਸਬੰਡ ਚਲੇਗੇ ਕੈਨੇਡਾ ਉਹਦੇ ਬਾਅਦ ਜਿਹੜੇ ਜਿੱਦਾਂ ਆਪਾਂ ਵੀ ਅਪਲਾਈ ਕੀਤਾ ਸੀ ਨਾ ਸਪਾਊਸ オーਪਨ ਵਰਕ ਪਰਮਿਟ ਤੇ ਮਾਰਕੀਟ ਦੇ ਅੰਦਰ ਇੱਕ ਬੜੀ ਨੈਗੇਟਿਵ ਚੀਜ਼ ਫੈਲੀ ਹੋਈ ਹੈ ਕਿ ਸਟੂਡੈਂਟ ਦੇ ਜਾਣ ਤੋਂ ਬਾਅਦ ਹਾਂਜੀ ਜਿਹੜਾ ਸਪਾਊਸ ਹੈ ਉਹ 3 ਮਹੀਨੇ ਬਾਅਦ ਅਪਲਾਈ ਕਰ ਸਕਦਾ ਹੈ 6 ਮਹੀਨੇ ਬਾਅਦ ਅਪਲਾਈ ਕਰ ਸਕਦਾ ਹੈ ਇਸ ਤੇ ਆਪਾਂ ਆਪਣੇ ਜਿਹੜੇ ਵਿਊਅਰਸ ਨੇ ਸਾਰ ਨੂੰ ਸਮਝਾ ਦਈਏ ਕਿ ਇਦਾਂ ਦਾ ਕੋਈ ਕਲੋਜ਼ ਨਹੀਂ ਹੈ ਕਿ ਤੁਹਾਡੀ ਜੇ ਵਾਈਫ ਚਲੀ ਗਈ ਹੈ ਤੇ ਤੁਸੀਂ ਆਪਣਾ ਕੈਨੇਡਾ ਦਾ ਸਪਸਾਉਸ ਓਪਨ ਵਰਕ ਪਰਮਿਟ ਅਪਲਾਈ ਕਰਨਾ ਉਹ ਤੁਹਾਨੂੰ ਵੇਟ ਕਰਕੇ ਕਰਨਾ ਪੈਣਾ ਜਦੋਂ ਇਹਨਾਂ ਦੀ ਵਾਈਫ ਗਈ ਸੀ ਇਹਨਾਂ ਦੀ ਵਾਈਫ ਜਾਣ ਤੋਂ ਇਹਨਾਂ ਨੂੰ ਮੈਂ ਇਹ ਕਹਿੰਦਾ ਸੀ ਵੀ ਭਾਵੇਂ ਤੁਸੀਂ ਨੈਕਸਟ ਡੇ ਜਿਸ ਦਿਨ ਉਹਨਾਂ ਦਾ ਉੱਥੇ ਕੋਰ ਸ਼ੁਰੂ ਹੋ ਗਿਆ ਉਸ ਤੋਂ ਭਾਵੇਂ ਨੈਕਸਟ ਡੇ ਆਪਣੀ ਤੁਸੀਂ ਫਾਈਲ ਅਪਲਾਈ ਕਰ ਦੋ ਕੈਨੇਡਾ ਸਪਸਾਉਸ ਓਪਨ ਵਰਕ ਪਰਮਿਟ ਦੀ ਕਿਉਂਕਿ ਇਹ ਜਿਹੜੀ ਗੱਲਾਂ ਫੈਲੀਆਂ ਹੋਈਆਂ ਨੇ ਨਾ 3 ਮਹੀਨੇ 6 ਮਹੀਨੇ ਇੱਕ ਸਮੈਸਟਰ ਦੋ ਸਮੈਸਟਰ ਇਹ ਸ ਇਸ ਤੋਂ ਪਲੀਜ਼ ਬਾਹਰ ਆਓ ਤੇ ਹੁਣ ਵੀ ਜੇ ਸਪੋਜ਼ ਕਰੋ ਕਿਸੇ ਦਾ ਕੋਈ ਕੁਐਸਚਨ ਕੁਇਰੀ ਹੈ ਇਹ ਜਿਹੜੇ ਨੰਬਰ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ ਇਸ ਨੰਬਰ ਤੇ ਵਟਸਐਪ ਕਰਕੇ ਫੋਨ ਕਰਕੇ ਤੁਸੀਂ ਆਪਣੀ ਜਿਹੜੀ ਕੁਇਰੀ ਹੈ ਉਹਦਾ ਜਵਾਬ ਪਾ ਸਕਦੇ ਹੋ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਸਟਰ ਦਿਲਜੀਤ ਸਿੰਘ ਟਿੰਡਾ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਥੈਂਕ ਯੂ ਤੇ ਬਲਾਲ ਜਿਹੜਾ ਹੈ ਹਲੇ ਵੀ ਇਹਨਾਂ ਨੂੰ ਹੈ ਠੀਕ ਹੈ ਤੇ ਤੁਹਾਨੂੰ ਵੀ ਕੋਈ ਮਲਾਲ ਨਾ ਹੋਵੇ ਇਸ ਕਰਕੇ ਬੇਤਰਅ ਵੀ ਆਪਣੇ ਜਿਹੜੀ ਸਟੂਡੈਂਟ ਦੀਸ ਪਾਉਸ ਦੀ ਐਪਲੀਕੇਸ਼ਨ ਜੇ ਇਕੱਠੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਉਹਦੇ ਅੰਦਰ ਕੋਈ ਨੈਗੇਟਿਵਿਟੀ Thank you for watching this video. See you in the next video with a new candidate. Thank you. Thank you.